ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮਤਲਬ ਜੀ ਇੱਧਰ ਮਲਕੀਤ ਬਾਈ ਸਤਿ ਸ਼੍ਰੀ ਅਕਾਲ ਜੀ, ਯੂਟਿਊਬ ਵਾਲੇ ਯੂਟਿਊਬ ਵਾਲੇ, ਬਾਕੀ ਬਾਈ ਆਪਣੇ ਬੰਦੇ ਬੈਠੇ ਜੀ ਗੰਨਾ ਲੇਬਰ ਵਾਲੇ। ਬੀਜ ਲਿਆ ਬਾਈ ਆਪਾਂ ਨੇ ਜੀ 85 ਐਤਕੀ। ਇਹ ਲਿਆ ਕਿਤੇ ਭਰਾ? ਇਹ ਲਿਆ ਬਾਈ ਦਿੱਲੀ ਨਾ ਤੇ। ਦਿੱਲੀ ਤੇ ਲਿਆ? ਦਿੱਲੀ ਤੇ ਗੰਨਾ ਸਿੱਧਾ ਹੈ ਨਾ? ਗੰਨਾ ਬਹੁਤ ਵਧੀਆ ਜੀ ਦਿੱਲੀ ਨਾ ਦਾ, 85 ਖੜਾ ਇੱਧਰ ਤੇ ਆ ਬੈਠਾ ਮਿੱਠੂ ਹੈ, ਮਿੱਠੂ 85 ਲਿਆ ਜੀ। ਇਹ ਕੱਦਾ ਰੌਲਾ ਪਾਉਂਦੇ ਕਹਿੰਦੇ ਨਾ ਨਾ, ਇਹ ਟਰਾਲਾ ਵੀ ਇੱਕ, ਇਹ ਕੱਦਾ ਰੌਲਾ ਪਾਉਂਦੇ ਹਰੇਕ ਸਾਲ ਵੀ 85 ਲਾਓ। ਗੰਨਾ ਬਾਈ ਵਧੀਆ ਜੀ 85 ਵੀ। ਗਾਹ ਨੂੰ ਕੰਮ ਹੋਰ ਵੀ ਕਰਨਾ ਇੱਕ ਆਪਾਂ ਨੇ ਹੁਣ, ਕਲਾੜੀ ਵਾਲਾ ਜਗਾੜ ਦੇਖੀਏ ਕਿਤੇ, ਦੇਖਣਾ ਆਇਆ ਝੂਠੀ ਹੈ, ਦੇਖਣੀ ਝੂਠੀ। 85 ਲਾ ਤਾਂ ਲਿਆ, ਦੇਖਣਾ ਕੰਮ ਠੀਕ ਨੀ, ਆਪਣੇ ਜਗ੍ਹਾ ਬਥੇਰੀ ਮੋਟਰ ਪਏ ਉੱਥੇ ਯਾਰ, ਉਹ ਲੈ ਲਿਓ ਜੇ ਕਿਆ ਹੁੰਦਾ ਉਹ, ਇੱਕ ਕੜਾਹਾ ਲੈ ਲਿਓ, ਇੱਕ ਖੁੱਲੀ ਕਲਾੜੀ ਬੰਬੇ ਪੈ ਗਈ, ਕਲਾੜੀ ਹੈਗੀ ਬੰਬੇ ਕੋਲ, ਆਪਣਾ ਲਿਜਾ ਕੇ ਉੱਥੇ ਕੱਢ ਲਿਆ ਗੁੜ ਮੋਟਰ ਪਰ। ਬਾਕੀ ਬਾਈ ਆ 85 ਆ, ਆਹ 38 ਖੜਾ, ਆਹ 38 ਨਾਲੇ ਉਹਦੀ ਬਿਮਾਰੀ ਆ ਯਾਰ, ਬਿਮਾਰੀ ਆ ਜੀ ਆ ਦੇਖੋ, ਇਹ ਵੀ ਪੱਟੂ ਵਾਲਾ 85 ਦਾ ਆ ਦੇਖੋ ਕਿਆ ਸੋਹਣਾ ਖੜਾ, 85 ਪਿਆ ਹਰਾ ਹੈ ਨਾ, ਗਰੰਗ ਦੇਖ ਤੂੰ 85 ਦਾ, ਤੂੰ ਉਹ ਮਿੱਠਾ ਬਹੁਤ ਆ ਬਾਈ, 85 ਮਿਲਣ ਵਾਲਾ ਵੀ ਖੁਸ਼ ਹੈ, ਗੋੜ ਵਾਲਾ ਵੀ ਖੁਸ਼ੀ ਨੂੰ ਲੈ ਕੇ, ਰਾਤ ਵਾਲੇ ਹੁਣ 600 ਨੂੰ ਖਰੀਦਦੇ ਇਹਨੂੰ, ਰਿਕਵਰੀ ਬਹੁਤ ਹੈ, ਫੇਰ ਮਗਾਵਦੇ 10-10 ਭਰੀਆਂ, ਫਿਰ ਉਹਨਾਂ ਦਾ ਕਿਆ ਫਾਇਦਾ, ਉਹ ਤਾਂ ਹੈ ਇਕੱਠਾ ਜਾਵੇ ਫਿਰ ਤਾਂ, ਫਿਰ ਸਫਾਈ ਬਹੁਤ ਮੰਗਦੇ ਯਾਰ, ਆ ਵੀ ਨਹੀਂ ਚਾਹੀਦਾ ਕਹਿੰਦੇ ਸਾਨੂੰ, ਮਾੜਾ ਮੋਟੀ ਪੱਤੀ ਵੀ ਨਹੀਂ ਚਾਹੀਦੀ ਨਾਲ, ਫਿਰ ਸੁਥਰਾ ਸਹੀ ਕਿੰਨਾ ਸਾਫ਼ ਹੈ, ਠੀਕ ਹੈ ਗੰਨਾ, ਵਜਨ 'ਚ ਵੀ ਹੈਗਾ ਗੰਨਾ ਹੈ। ਬਾਕੀ ਕੱਲ ਨੂੰ ਬੀਜਣਾ ਬਾਈ, ਹੁਣ ਜਾ ਕੇ ਖੇਤ ਤਿਆਰ ਕਰਦੇ ਆ, ਸਵਾਗਾ ਮਾਰੂੰਗਾ ਕਿ ਰੂਟਾਵੀਟਰ, ਰੂਟਾਵੀਟਰ ਪਤਲਾ ਪਤਲਾ ਮਾਰਦੇ ਬੜੇ ਗੇਅਰ 'ਚ, ਫਿਰ ਉਹਨੂੰ ਤੈਨੂੰ ਸਵਾਗਾ ਮਾਰਨਾ ਪੈਣਾ ਯਾਰ, ਕਾਹਤੇ ਫਿਰ ਟਾਇਟ ਰਹੂਗਾ ਖੇਤ, ਟਾਇਟ ਹੋਵੇ ਨਾ ਖੇਤ ਫਿਰ ਵਧੀਆ ਸਾਈਡ ਨਿਕਲਦਾ, ਅੱਛਾ ਹਾਂ, ਸਵਾਗਾ ਮਾਰਿਆ ਫਾਂਡ ਫਾਂਡ ਸਵਾਗਾ ਮਾਰਿਆ ਬਹੁਤ ਹੈ, ਠੀਕ ਹੈ ਨਾ, ਸਵੇਰ ਦੀ ਧੁੱਪੇ ਲੱਗਦੀ ਹੈ ਉਹਨੂੰ, ਦੂਏ ਨੂੰ ਖੁੱਲਾ ਰਹਿੰਦੀ, ਉਹਨੂੰ ਨਾ ਮਾਰੀ ਹਲੇ ਉਰਲੇ ਨੂੰ, ਹਾਂ ਪਰਲੇ ਨੂੰ ਮਾਰ, ਜਿਹੜਾ ਉਹਨੂੰ ਕੱਲ ਨੂੰ ਮਾਰੂੰਗੇ ਬੀਜ ਕੇ, ਲੀਹ ਪੈ ਜਾਣੀ ਉਹਨੂੰ, ਤਾਂ ਕਿ ਲੀਹ ਪੈ ਗਈ ਉਹਦਾ, ਰੇਤਾ ਪੱਟ ਲੈਣੇ ਹੁਣ ਕਿਹੜਾ, ਤੂੰ ਫਾਲੇ ਛੱਡ ਦੇਣੇ, ਇਹਨੇ ਵੀ ਰੋੜਾ ਕੱਢ ਦੇਣਾ ਗੰਨੇ ਵਾਲੇ ਦਾ, ਸਮਝੇ ਗੱਲ, ਉਹਦਾ ਚੱਕਰ ਨਹੀਂ ਹੈਗਾ, ਫਾਲਿਆਂ ਦਾ ਵੀ ਕਰ ਦੇਣਾ ਗੰਨੇ ਵਾਲਿਆਂ ਦਾ ਸੌਦਾ, ਮੈਂ ਹੁਣ ਤੂੰ ਰਹਿਣ ਤੈਨੂੰ ਗਾਹ ਕਰ, ਨਹੀਂ ਨਹੀਂ ਕਰ ਲਈ ਮੈਂ ਦੁੱਲੇ ਬਾਪੂ ਨਾਲ ਗੱਲ, ਕਿਆ ਕਹਿੰਦਾ, ਹਾਂ ਬਣ ਗਏ ਸਮਝ ਤੂੰ ਫਾਲੇ ਹੁਣ ਗੰਨੇ ਵਾਲੇ, ਕਹਿ ਤਾਂ ਕੱਲ ਨੂੰ ਮੈਂ, ਹੁਣ ਤਾਂ ਗੰਨਾ ਬੀਜ ਹੋ ਗਿਆ, ਹੈਂ ਹੁਣ ਤਾਂ ਗੰਨਾ ਬੀਜ ਹੋ ਗਿਆ, ਬੀਜ ਤਾਂ ਹੋ ਗਿਆ, ਹਾਂ ਬਣਵਾਉਣੇ ਆ ਫਾਲੇ ਤਾਂ ਹੁਣ, ਅੜੀ ਜੀ ਹੋਇਆ ਬਸ ਇੱਕ ਪਕਾ ਦੇਣੀ ਬਸ ਹੁਣ ਵੀ ਬਣਾ ਤੇ, ਜੱਗੇ ਨੇ ਭਾਈ ਹਿੱਸਾ ਨੀ ਪਾਇਆ ਸਾਡਾ, ਇਹ ਤਾਂ ਜੋਰ ਲਾ ਲਿਆ, ਰਾਤ ਵੀ ਹਿੱਸਾ ਪਾ ਲਾ ਸਾਡਾ, ਨਾ ਜੱਗੇ ਨੇ ਵਿਚਾਰੇ ਨੇ ਭਾਵੇਂ ਕਹੀਏ ਬਾਈ ਦੇ, ਜਵਾਬ ਤਾਂ ਨਹੀਂ ਦਿੰਦਾ ਉਹ, ਜਵਾਬ ਨਹੀਂ ਦਿੰਦਾ ਹੈਗਾ, ਜਵਾਬ ਨਹੀਂ ਦਿੰਦਾ, ਹਿੱਸੇ ਨੂੰ ਨਹੀਂ ਮੰਨਿਆ, ਕਹਿੰਦਾ ਨਹੀਂ, ਕਹਿੰਦਾ ਇਕੱਲੇ ਦਾ ਠੀਕ ਹੈ, ਹੈ ਵੀ ਗੱਲ ਠੀਕ ਹੈ ਉਹਦੀ, ਜਿਹੜੀ ਸਾਂਝੀ ਜੀ ਦਾ ਕੋਈ ਨਾਟ ਪਾ ਕੇ ਖੁਸ਼ ਨਹੀਂ, ਉਹ ਤਾਂ ਹੈ ਉਹ ਇਕੱਲੇ ਦੀ ਵਧੀਆ ਪਾ ਲੇ ਜਾ, ਆਪਾਂ ਨੂੰ ਉਹ ਦੇਤੇ ਅਗਲਾ ਜਵਾਬ ਨਹੀਂ ਦਿੱਤਾ, ਚਲ ਜਵਾਬ ਤਾਂ ਕੋਈ ਵੀ ਨਹੀਂ ਦਿੰਦਾ, ਚਲੀ ਕੇ ਹੁਣ ਤੂੰ ਤਾਂ ਇਹ ਬਣਾ ਲੈ, ਤੂੰ ਕਿਸੇ ਨੂੰ ਜਵਾਬ ਦੇ ਦੂੰਗਾ, ਜਵਾਬ ਤਾਂ ਦੇਣਾ ਨਹੀਂ, ਫੇਰ ਜਿਹੜੀ ਇਕੱਲੇ ਦੀ ਲੋਟ ਹੈ, ਇਕੱਲੇ ਚੀਜ਼ ਹੋਵੇ ਨਾ ਅਗਲਾ ਦੇਖਭਾਲ ਵੀ ਰੱਖਦਾ ਹੈ, ਤੇ ਨਾਟਕ ਕਰਕੇ ਪਾਊਗਾ ਵੀ ਸਾਂਝੀ ਦਾ ਕੋਈ ਨਾਟਕ ਵੀ ਨਹੀਂ ਪਾਉਂਦਾ, ਸਮਝਿਆ, ਬੱਦਲ ਵਾਲੇ ਫੇਰ ਨਿਕਲ ਲੱਗ ਗਏ ਮੋਟੇ ਮੋਟੇ ਜਿਹਾ, ਪਚਾਨਵੇਂ ਬੀਜ ਦੇ ਕੱਲ ਨੂੰ ਨਵੇੜ ਕੇ ਪਰੇ ਕਰੀ ਬੀਜ ਕੇ ਪਾਸੇ ਬਿਜਾਈ ਦਾ ਕੰਮ ਨਿਬੜਿਆ ਆਪਣਾ, ਠੀਕ ਨੀ, ਰੱਸੀ ਲਾ ਜਾਂਦੀ ਮੈਂ, ਲਾਤੀ ਲਾਤੀ ਬੱਚਾ, ਜਿਹੜੀ ਰਹਿੰਦੀ ਦੀ ਘਰ ਦੀ ਉਹ ਲਾ ਜਾਂਦੀ ਹੁਣ, ਬਾ ਠੀਕ ਹੈ, ਹੋਰ ਕੀ, ਪਜਾਮਾ ਸਪਰੇ ਨੇ ਕਰਿਆ, ਫਰ ਸਪਰੇ ਨੇ ਫਰਕ ਪਾਇਆ ਮਾੜਾ ਮੋਟਾ, ਝਟਪਟੇ ਦੀ ਥੋੜਾ ਪਾਇਆ, ਹਲੇ ਪਾਉਂਗੀ ਕੱਲ ਨੂੰ ਪਾ ਦੇਣਾ, ਧੁੱਪ ਧੁੱਪ ਘੱਟ ਲੈਣਾ ਹਲੇ, ਧੁੱਪ ਮਾ ਫਰਕ ਜ਼ਿਆਦਾ ਪੈਂਦਾ ਉਹਨੂੰ,
ਕੱਲ ਨੂੰ ਪਾ ਦੂ, ਜਿਹੜਾ ਰਹਿੰਦਾ ਉਹ ਵੀ ਲਾ ਦੀ ਕੱਲ ਨੂੰ। ਠੀਕ, ਸਰ ਜੂਗਾ ਦਵਾਈ ਨਾਲ ਉਹਨਾਂ ਇੱਕ ਕੈਰੀ ਰਹਿੰਦਾ ਪਰਲਾ, ਸਾਈਡਾਂ ਵਾਲੇ ਸਿਆੜ ਕੱਢੇ ਪਿਆ ਮੈਂ। ਅੱਧਾ ਵਿਕਾ ਤਾਂ ਨਹੀਂ ਘੱਟ ਹੋਇਆ ਸੀਗਾ, ਅੱਧਾ ਵਿਕਾ ਤਾਂ ਨਹੀਂ ਘੱਟ ਹੋਇਆ ਕਿਤੇ ਬਾਅਦ ਮੈਂ ਗੇੜੇ ਵਾਲਾ ਕੰਮ ਨਾ ਕਰਿਓ ਹੁਣ ਸੈੱਟ ਕਰਕੇ ਲਾਇਓ ਐਨ ਹੈ। ਇੱਕ ਦੋ ਘਟੂਗੀਆਂ ਹੀ ਬਚਦੀਆਂ ਨੀ ਹੈਗੀਆਂ, ਘਟੂਗਾ ਜੀ ਪੰਜ ਚਾਰ, ਠੀਕ ਹੈ ਨਾ ਕਮੇਗਾ। ਹਾਂ ਉਧਰ ਤੁਸੀਂ ਕਹਿੰਦੇ ਪੂਰਾ ਹੋ ਜਾਣਾ ਜੀ, ਬਚੂਗਾ ਜੀ ਪੰਜ ਸਾਲ ਦੂਏ ਮੈਂ ਕੱਢ ਦੇਣੇ, ਉਧਰ ਬਚਿਆ ਨਹੀਂ ਬਸ ਫਿਰ ਉਹ ਤਾਂ ਕਮੀ ਗਿਆ ਆਖਰੀ ਮੇ ਭਵਿੱਖਬਾਣੀ ਤੈਨੂੰ ਦਸ ਆਏਗਾ, ਦਸ ਤੇ ਵਾਜੂਗਾ ਘੱਟ ਨੀ ਆਉਂਦਾ, ਵਾਜੂਗਾ ਘੱਟ ਦਾ ਨੀ ਵਾਜੂਗਾ ਫੇਰ ਹੋ ਗਿਆ ਬੱਦਲ ਹੋ ਗਿਆ ਫੇਰ ਹੈ ਬੱਦਲ ਬਾਈ ਉਹ ਹੈ ਕੁਛ ਨੀ ਹੁਣ ਚੌੜੇ ਟਾਇਰ ਦਾ ਬਹੁਤ ਫਰਕ ਹੈ ਜਿਹੜੇ 12-13 ਦੇ ਟਾਇਰ ਆ ਨਾ ਇੱਥੇ ਚੱਲਦਾ ਚੱਲਦਾ 10,000 ਕਮਰੇ ਆ ਰੱਖਣਾ ਪੈਣਾ ਕੁਛ ਮਾੜਾ ਜਿਹਾ ਜਾਂ ਜੈਕ ਥੱਲੇ ਤਾਰ ਲਓ, ਜੈਕ ਥੱਲੇ ਤਾਰ ਦਾ ਗਾ ਚੱਲ
ਟ੍ਰੇਲਾ ਲਿਖਿਆ ਹੋਇਆ। ਬੀਜ ਕੈਸਾ ਮੇਰਾ? ਬੀਜ ਵਧੀਆ ਹੈ ਤੇਰਾ? ਮੇਰਾ ਬੀਜ ਆਏ ਦੇਖੀ ਨਾ ਕਿੰਨਾ ਹੈ। ਬਹੁਤ ਵਧੀਆ ਹੈ, ਬਹੁਤ ਵਧੀਆ। ਇਹਨੂੰ ਬਾਹਰ ਕੱਢ ਦੇ, ਜਿਹੜਾ ਕੰਨਾ ਉਠਾਇਆ ਲਿਆ। ਸੁਣਦਾ ਹੈ ਨਹੀਂ ਤੈਨੂੰ? ਸੁਣ ਰਿਹਾ ਹੈ ਮੈਂ, ਲੈ ਸੁਣ ਰਿਹਾ ਹੈ ਮੈਂ। ਇਹ ਚੱਲਦਾ ਬੰਦਾ ਇਤਨਾ ਜਲਦੀ ਬੀਜੇਗੇ ਨਾ, ਫਿਰ ਤਾਂ ਮੈਂ ਅਕੇਲੇ ਕਿਲਾ ਬੀਜ ਦੇਤੇ ਹੈ। ਭੁੱਖ ਲੱਗ ਗਿਆ ਹੈ। ਮੈਂ ਕਿਹੜੇ ਭੁੱਲਿਆ ਪਿਆ, ਇਹੀ ਕੰਮ ਕਰੇ ਆ ਹੁਣ ਥਾਈ। ਮੇਰੇ ਲਈ ਬੀਜਤੇ ਹੈ, ਮੈਂ ਪਾਜ ਕਰੂੰਗਾ। ਠੀਕ ਹੈ, ਸਮਝਦਾ ਤੂੰ? ਤੂੰ ਬਣਦਾ ਬੜਿਆ ਮੈਂ ਤੇਜ ਜ਼ਿਆਦਾ ਆਏ, ਅਸੀਂ ਇਹ ਕੰਮ ਕਰਕੇ ਛੱਡੇ ਆ। ਚੱਲ ਹੁਣ ਹੁਣ ਜ਼ਿਆਦਾ ਕਿੰਨਾ ਬੀਜਦੇ, ਹੁਣ ਬੀਜ ਨਾ ਬਗੈਰ ਸਰਦਾ ਵੀ ਹੈ ਨੀ, ਹੈ ਕਿ ਨਹੀਂ? ਅੱਖ ਬਹੁਤ ਆਉਂਦੀ ਹੈ ਕਿੰਨੇ ਨੂੰ, 85 ਕਿੰਨਾ ਹੈ? ਅੱਖ ਦੇਖ ਲੈ ਕਿੱਕਣਾ ਪਈ ਹੈ, ਐਂ ਪਈ ਹਾਲੀ ਬਾਹਰ ਨਿਕਲੀ ਵੀ ਛੁੱਟੂਗਾ। ਜੰਮੂਗਾ ਬਹੁਤ ਵਧੀਆ ਇਹ, ਪਹਿਲਾਂ ਜੰਮੂਗਾ 18 ਨਾਲੋਂ ਪਹਿਲਾਂ ਜੰਮੂਗਾ ਇਹ। ਗੇਤਾ ਪਛੇਤਾ ਚ ਇਹ ਗੇਤੀ ਵਰਾਇਟੀ ਹੈ, ਇਹ ਤਾਂ ਐਂ ਹੈ ਇਹਦਾ ਇਹਦਾ ਚਾਹੇ ਗੁੜ ਬਣਾ ਲਾ, ਸ਼ੱਕਰ ਬਣਾ ਲਾ, ਮਿੱਲ ਨੂੰ ਵੀ ਲੋਟ ਹੈ, ਸਭ ਪਾਸੇ ਲੋਟ ਹੈ। ਰਸ ਵਾਲਾ ਕੇ ਦੇ ਦਿੱਜੇ, ਚਾਹੇ ਕਲਾੜੀ ਜੀ ਰਸ ਵਾਲੇ ਨੂੰ ਦੇ ਦੇ, ਸਭ ਪਾਸੇ ਲੋਟ ਹੈ। ਇਹ ਆਰਨੇ ਵਾਲਾ ਬੀਜ ਨਹੀਂ ਹੈਗਾ ਵੀ ਅੜੂ ਵਾ ਜੀ? ਨਹੀਂ ਜੀ, ਹੈ ਨਾ? ਇਹ ਤਾਂ 1000 ਰੁਪਏ 500 ਕੁਇੰਟਲ ਲੈ ਜਾਂਦਾ ਤਾਂ ਕੱਲ ਉਸ ਦੀ ਰਸ ਵਾਲਾ ਜੱਸੇ ਮੇਸੇ। ਇਹ ਤਾਂ ਮੇਰੀ ਗੱਲ ਸਮਝ ਲਾ, ਜੇ ਇਹਦਾ ਇਹ ਗੰਨਾ ਖੜਾ ਲਵੇ ਬੰਦਾ ਤਾਰ ਤੂਰ ਲਾ ਕੇ, ਐਨ ਚੰਗੀ ਤਰ੍ਹਾਂ ਵੀ ਜਾਨ ਬਜ਼ੂਰ ਬਣਨਾ ਪੜੇ, ਇਹ 1200 ਰੁਪਏ ਕੁਇੰਟਲ ਵੀ ਹੋ ਜਾਂਦਾ ਗਾਹਾਂ ਜਾ ਕੇ। ਇੰਨਾ ਚਿਰ ਖੜਦਾ ਨਹੀਂ, ਇੰਨਾ ਪਟਾਈ ਬਹੁਤ ਹੁੰਦੀ ਇਹਦੀ, ਪਟਾਈ ਕਿਆ, ਚੂਹਾ ਵੀ ਪੈਣਾ, ਸੂਰ ਵੀ ਪੈਣਾ, ਇਹਨੂੰ ਮਿੱਠੇ ਕਰਕੇ ਸਭ ਕੁਝ ਪੈਂਦਾ ਇਹਨੂੰ। ਫਿਰ ਆ ਚੱਕ ਦੇ, ਤੂੰ ਆ ਚੱਕ ਦੇ, ਆਹ ਵੀ ਤਾਂ ਚੱਕਣਾ ਯਾਰ, ਆਹ ਵੀ ਚੱਕ। ਅੰਦਰ ਵੀ ਚੱਕਣੀ ਕਰਿਆ, ਅੱਜ ਵੀ ਜਾ ਸਕਦੀ ਆ ਮੈਂ ਲਾ ਕੇ ਕਰਨ ਵਾਲਾ, ਇੱਧਰ ਘਰੇ ਲਾ ਤੇ ਮੈਂ ਸਾਰੇ ਪਾਸੇ ਤੋਂ ਜਾਓ, ਹੌਲੀ ਹੌਲੀ ਭਰੀ ਉਹ ਵੀ ਭਰੀ ਸੰਘਣੀ ਸਿਟੀ ਆ, ਮੰਨ ਕੇ ਚੱਲ 90 ਭਰੀਆਂ ਹੈ, 90 ਭਰੀਆਂ ਹੈ, ਦੋ ਲੈਣਾ ਵਾ 40 ਅਹਿਮਾ ਸਿਟੀ, 50 ਅਹਿਮਾ ਸਿਟੀ, 40 ਉਹ ਪੱਲੀ ਉਹ ਪਈਆਂ ਹੁਣ ਪਰਲੀ ਮੈਂ ਘਟਾਈ ਦੇਖ ਲੈਣਾ ਸੀ, 90 ਭਰੀ ਵਾ, 40 ਦੋ ਵਾ, 50 ਇੱਕ ਵਾ, ਆ ਕੋ ਕਰਿਆ ਇਹਨਾਂ ਨੇ, ਫਿਰ ਚੱਕੀ ਜਾਂਦੇ ਉੱਧਰ, ਹੁਣ ਇੱਕ ਨਹੀਂ ਕਰਦੇ ਮੈਂ ਚੱਕ ਚੱਕ ਰਹੇ ਉੱਧਰ ਪੁੱਛੇ ਪਾਸੇ ਚੱਕ ਰਹੇ। ਉੱਚ
ਉੱਚਾ ਹੋ ਜਾਂਦਾ ਫਾਲਾ ਕੱਟ ਹੁੰਦਾ ਹੈ ਜੱਕ ਤਾਰ ਦੋ ਮੜਿਆ ਕੋਈ ਚੱਕਰ ਨਹੀਂ ਇਹਦੇ ਜਾ ਵਿੱਚ ਗਿਰ ਜਾਂਦਾ ਸਿਆੜ ਚ ਯਾਰ ਉਹ ਜਦ ਮੈਂ ਤਾਂ ਕਹਿੰਦਾ ਜੱਕ ਲਾ ਲਾ ਮੜਿਆ ਨਹੀਂ ਨਹੀਂ ਲੋੜ ਨਹੀਂ ਠੀਕ ਆ ਥੋੜਾ ਡੰਡਾ ਢਿੱਲਾ ਕਰ ਦੇ ਥੋੜਾ ਜਿਹਾ ਥੋੜਾ ਢਿੱਲਾ ਕਰ ਦੇ ਡੰਡਾ ਲੈ ਹੋਰ ਕਰ ਥੋੜਾ ਜਿਹਾ ਮਿੱਟੀ ਚੱਕ ਕੇ ਉੱਪਰ ਲਾ ਦੇ ਬਸ ਫਿਰ ਘੱਟ ਲੱਗਣ ਲੱਗ ਰਹੇ ਨੇ ਫਾਲੇ ਦਾ ਕੁਛ ਨਹੀਂ ਦਰਦ ਨਾ ਬੇਟਾ ਮੀਂਹ ਨੇ ਕਰੀ ਪੱਟੀ ਮੇ ਸਾਰੀ ਤੂੰ ਹੀ ਕਹਿੰਦਾ ਗਿੱਲ ਘੱਟ ਹੈ ਹੁਣ ਪੱਟੀ ਮੇ ਸਾਦਾ ਕਹਿੰਦਾ ਮੀਨੂੰ ਪੱਟੀ ਮੈਂ ਕਰੀ ਜੂ ਤੂੰ ਹੀ ਕਹਿੰਦਾ ਗਿੱਲ ਘੱਟ ਹੋ ਗਿਆ ਚੜਾ ਦਿੰਦਾ ਭਾਈ ਪਾਣੀ ਲਾਉਣਾ ਪਰ ਦੋ ਪਾਣੀ ਲਾਉਣੇ ਫਿਰ ਹੁਣ ਚੜਾਤੀ ਉਹਨੇ ਹੁਣ ਕਹਿੰਦਾ ਗਲਤ ਹੋ ਗਿਆ ਉਹ ਤਾਂ ਨਹੀਂ ਹੋਇਆ ਇਹਨੂੰ ਸਵਾਗਾ ਨਾ ਮਾਰ ਦੋ ਦਿਨ ਸਮਝਿਆ ਹਾਂ ਪਿਆ ਰਹਿਣਾ ਪਰ ਤੁਹਾਨੂੰ ਇਕੱਠਾ ਸਵਾਗਾ ਮਾਰੀਆਂ ਉਹ ਵੀ ਬੀਜ ਕੇ ਪਰਲਾ ਪਰ 25 ਦਾ ਨਹੀਂ ਪੱਟ ਹੁੰਦੀ 25 ਦਾ ਬਹੁਤ ਨਹੀਂ 25 ਦਾ ਬਹੁਤ ਵਧੀਆ ਗੁੱਗੀ ਉਹ ਨਹੀਂ ਪੱਟਣਾ ਪੈਰ ਕੀ ਜਾਏ ਬਸ ਦੇਖੀਏ ਨਾ ਹੋਰ ਕੰਮ ਕਰਨਾ ਫੰਡ ਫੰਡ ਸਵਾਗਾ ਇੱਕ ਉਹਨੂੰ ਮਾਰਿਆ ਇੱਕ ਇਹਨੂੰ ਮਾਰ ਕੇ ਛੱਡ ਦੇਣਾ ਫਿਰ ਇਕੱਠਾ ਹੀ ਸਵਾਗਾ ਪੰਜ ਚਾਰ ਦਿਨ ਬਾਅਦ ਫਿਰ ਮਾਰ ਦੂੰਗੀ ਇਹਨਾਂ ਨੂੰ ਜਿਹੜਾ ਖੱਬਲ ਦਾ ਮਾੜਾ ਮੋਟਾ ਲਗੜੋ ਨਾਲੇ ਕੱਕ ਅੰਡਾ ਜਿਹੜਾ ਮਾੜਾ ਮੋਟਾ ਤੁਰੂਗਾ ਉਹ ਜੜਗੜ ਰਗੜ ਹੋਣਾ ਨਾਲੇ ਐਨ ਪੱਤਰੇ ਹੋ ਜਾਣੇ ਮਿੱਟੀ ਫੁੱਲ ਜਾਣੀ ਇਹ ਕਿਹੜੇ ਡਾਕਰ ਆ ਰਿਸਲੀ ਹੈ ਇਹ ਤਾਂ ਸਵਾਗਾ ਐ ਮੁੱਲਾ ਪਾਸਾ ਦੱਬ ਕੇ ਲਾ ਦੇ ਐਂ ਸੈੱਟ ਕਰ ਦੇਣਾ ਇਹਨੇ ਸਾਰੇ ਹੀ ਐਂ ਲੱਗਣਾ ਕਿੱਥਾ ਬੀਜਿਆ ਪਿਆ ਫਿਰ ਥੋੜੀ ਗਰਮੀ ਲੱਗਣ ਲੱਗ ਗਈ ਯਾਰ ਬੱਟ ਹੋ ਗਿਆ ਇਹਨੂੰ ਕਹੀ ਚੱਕ ਲਿਆ ਖੁੰਜੇ ਦਬਾ ਕੇ ਤੋੜਨੇ ਉਹਦੇ ਹਰੇ ਪਾਸੇ ਇਹਨਾਂ ਨਹੀਂ ਪਾਉਣਾ ਮੈਂ ਪਾਉਣਾ ਹੈ ਪਾਉਂਗੇ ਉਹ ਖੁੰਜਾ ਦੱਸਿਆ ਇਹਨੂੰ ਮੈਂ ਕਿਹਾ ਉਹ ਖੁੰਜਾ ਰਿਹਾ ਪਰ ਲੱਗ ਦਿੰਦਾ ਰਾਤ ਦਾ ਉਹ ਖੁੰਜਾ ਛੱਡ ਗਏ ਰਾਤ ਮੈਂ ਤੂੰ ਪਾਸੇ ਕਰ ਤੂੰ ਤੇਰੇ ਤੇ ਤਾਂ ਦੁਬਾਰੇ ਨਹੀਂ ਹੈਗਾ ਉਹ ਬੰਦੇ ਨੇ ਖੁੰਜਾ ਦੱਬੇ ਉਹ ਕਹਿੰਦਾ ਇੱਕ ਖੁੰਜਾ ਰਹਿੰਦਾ ਉਹਨੇ ਮੈਂ ਦੱਸਤਾ ਤਾ ਕਿਸਕਾ ਉਹ ਬੰਦਾ ਮੈਨੂੰ ਬੋਲਾ ਥਾ ਤੂੰ ਜੋ ਦੱਬਿਆ ਤਾ ਹਾਂ ਮੈਂ ਦਵਾ ਥਾ ਇਹਨੂੰ ਫੜ ਕੇ ਲਿਆਈ ਦਲੀਪ ਓ ਇੰਦਰ ਇਹਨੂੰ ਫੜ ਕੇ ਲਿਆਈ ਉੱਥੇ ਨੂੰ ਪਹਿਲਾਂ ਚਾਰ ਪਿੱਛੇ ਛੱਡੀ ਦੇ ਟੰਗਾਂ ਪਰ ਵੀ ਦੱਬਿਆ ਪਿਆ 25 ਤਾਂ ਪੈਰ ਰੱਖੀ ਜਾ ਤੂੰ ਪੈਰ ਨਹੀਂ ਰੱਖਦਾ 25 ਤਾਂ ਚੱਪਲਾਂ ਪਾ ਲੈ ਨਾ ਨਾ ਚੱਪਲ ਪਰ ਤਾਂ ਆ ਕੇ ਪੂਰਾ ਤੁੱਜ ਜਾਏਗਾ ਮੈਂ ਆਪ ਫਾਇਦਾ ਕੇ ਲਈ ਸੋਚ ਰਹਾ ਹਾਂ ਫਾਇਦਾ ਸੋਚਦਾ ਮੈਂ ਦੱਬ ਵੀ ਉਹਨੂੰ 25 ਨੂੰ ਮੇਰਾ ਦੇਖੀ ਤਾਂ ਉਧਰ ਲਾਈਨ ਪਰ ਮੈਂ ਸਾਰੇ ਪਰ ਆ ਉਧਰ ਇਹਨਾਂ ਨੂੰ ਇਹ ਉੱਠੀ ਦੱਬੜੀ ਵੀ ਇਹਨਾਂ ਨਹੀਂ ਹੈ ਦੱਬੂਗਾ ਜੀ ਫਿਰੋ ਫਿਰਦੇ ਦੇ ਵਿੱਚ ਜਿਹੜੀ ਬਾੜੀ ਮੋਟੀ ਚੱਲ ਹੋਈ ਵੀ ਤੀ ਦੱਬੀ ਐ ਫਿਰ ਵੀ ਇਹਨਾਂ ਨੂੰ ਸਾਰੇ ਲੱਗੇ ਹੋਏ ਤੇ ਘੁੰਮਣ ਵਿੱਚ ਜੇ ਚੰਗਾ ਬੀਜੂਗੇ ਚੰਗਾ ਤਾਂ ਹੀ ਵੱਡੂਗੇ ਹਾਂ ਵੱਡਣਾ ਵੀ ਤਾਂ ਇਹਨਾਂ ਨੇ ਹੀ ਆ ਬਾਅਦ ਇਹ ਕਹਿੰਦੇ ਸਰਦਾਰ ਜੀ 450 ਦੇ ਉੱਪਰ ਨਿਕਲਣਾ ਚਾਹੀਦਾ ਤਾਂ ਹੀ ਨਿਕਲੂਗਾ ਇਹ ਨਿਕਲੇਗਾ ਤਾਂ ਹੀ ਨਿਕਲੂਗਾ ਹਾਂ ਜੀ ਮੈਂ ਆਪਕਾ ਨਾਲ ਥਾ ਪੂਰਾ ਪਰ ਉਹ ਧਰਤੇ ਜਾਤੇ ਤੇ ਕਿ ਨਹੀਂ ਲੱਖਾ ਹਾਂ ਪੂਰਾ ਪਰ ਨਾਲ ਕੇ ਨਾਲ ਐ ਤਾਂ ਰੱਖਦਾ ਪਰ ਤਾਂ ਮੇਰਾ ਕੰਮ ਸਾਰੇ ਪਰ ਪੈਰ ਤਾਂ ਆਇਆ ਪੈ 25 ਪੱਟ ਉਹ ਕੀ ਕਹਿੰਦਾ ਰੋਟੀ ਲੈ ਕੇ ਆਉਂਦਾ ਉਹ ਨਹੀਂ ਰੋਟੀ ਲੈ ਲਿਆ ਲੈਣ ਜਾ ਫਿਰ ਲਿਆ ਮੈਂ ਜੇ ਤੂੰ ਕੰਮ ਆ ਮਾੜਾ ਯਾਰ ਨਹੀਂ ਤਾਂ ਮੈਂ ਲਿਆ ਦੇਣੀ ਸੀ ਯਾਰ ਟੱਕ ਲਿਆਉਣੀ ਇਹਨੇ ਨਾਲੇ ਪਾਣੀ ਵੀ ਤਾਂ ਲਿਆਉਣਾ ਚਲਾ ਦੀ ਜੋ ਚਲਾ ਮੈਂ ਹਾਂ ਚਲਾ ਦੇ ਮੈਂ ਕੇਲੇ ਬਚ ਗਏ ਕੇਲਾ ਨਾ ਜਾ ਉਹ ਕੇਲੇ ਮੁਸਾ ਦੇ ਕੇਲੇ ਦੇ ਨਾਲ ਨੂੰ ਟੱਕ ਲੈ ਲਈ ਫਿਰ ਕੇਲਾ ਨਾ ਨੂੰ ਛੱਡਣਾ ਕਾਹਤੇ ਆ ਫਿਰ ਇਹਦੇ ਦੁਆਰੇ ਇੱਧਰ ਦੇ ਫਾੜ ਜਾਣਾ ਵੀ ਉਹਨੇ
ਕਿਹਾ ਮੈਂ ਇਸਾਂ ਨੂੰ ਚੱਕ ਲੈ ਜਾਂਦਾ ਇਹ ਠੀਕ ਨੀ ਚੱਕ ਕੇ ਨੀ ਲੈ ਗਿਆ ਕੋਈ ਮਾਂ ਜੀ ਹੁਣ ਆਪਣੇ ਨੂੰ ਲਿਆਂਦਾ ਚੱਕ ਕੇ ਠੀਕ ਨੀ ਕਾਗਦਾਂ ਵਾਲੇ ਵੀ ਭਾਈ ਆ ਕੁਛ ਅੱਜ ਵਾਲੇ ਹੋ ਜਾਣੇ ਹੋਈ ਨਾ ਦੋ ਤਿੰਨ ਪੰਡਾਂ ਹੁਣ ਬੀਜ ਦਿੰਦੇ ਆ ਚੱਕ ਕੇ ਟੁੱਕ ਤੇ ਚੱਲ ਪਾਸੇ ਨਾਲੇ ਗੰਨਾ ਬੀਜੀ ਉਹਨਾਂ ਨਾਲੇ ਆਗ ਪਈ ਜਾਣੇ ਮੈਂ ਸਨ ਵੇੜ ਕੇ ਕੰਮ ਪਾਸੇ ਤੂੰ ਆ ਜਾ ਜੋੜੀ ਆ ਜਾ ਆਹਦੇ ਕਿੱਧਰ ਆਉਂਦੀ ਤੂੰ ਜੋੜੀ ਆਹਦੇ ਮੇਰਾ ਬਾਪੂ ਜਗਦੀ ਦਾ ਬਾਪੂ ਆਉਂਦੇ ਆ ਤੋਏ ਆ ਜਾ ਛੇ ਤਰੀਕ ਦੇ ਮਹੀਨਾ ਹੋ ਗਿਆ ਲਿਆ ਪੰਜ ਹੋ ਗਈ ਹਾਂ ਮਹੀਨੇ ਉੱਪਰ ਹੋ ਗਿਆ ਛੇ ਦੀਆਂ ਖੁੱਲੀਆਂ ਮੈਂ ਕਹਿੰਦਾ ਇਹ ਭਾਈ ਹਾਂ ਛੇ ਦੀਆਂ ਖੁੱਲੀਆਂ ਵੀ ਖੰਡ ਪੜ ਬਹੁਤ ਤੇ ਅੱਜ ਉੱਥੇ ਖੁੱਲ ਜਾਣੀ ਲੜੀ ਹੁਣ ਖੋਲੇ ਸਾਈ ਉੱਥੇ ਚੱਲੀ ਜਾਣੀ ਆ ਬਾਬੇ ਮਸਤਾਂ ਦੇ ਇੱਥੇ ਭੋਗ ਪੈ ਕੇ ਉੱਥੇ ਖੁੱਲ ਗਈਆਂ ਦੋਵੇਂ ਵਿਹਲੇ ਆ ਬੰਦੇ ਇਹ ਛਾਂਗਾ ਬਾਬਾ ਦਾ ਵਿਹਲਾ ਜਾਏਗਾ ਬੇਚਾਰਾ ਬਾਹਰ ਵਿਹਲਾ ਕਰਤਾ ਕਿਆ ਕਰੇ ਖਾਣ ਤੋਂ ਆਉਂਦੀ ਹੋਣੀ ਭਾਈ ਮਿਲੋ ਬਾਬੇ ਇੰਗਲੈਂਡ ਵਾਲੇ ਬੰਦੇ ਆਏ ਅੱਜ ਦੋਵੇਂ ਬਾਬੇ ਖੜੇ ਆ ਬਾਬੇ ਇੱਧਰ ਤੇ ਆਏ ਸੀਦਾ ਸਿੰਘ ਬੰਦੇ ਇੰਗਲੈਂਡ ਵਾਲੇ ਹੋ ਗਏ ਹੁਣ ਤਾਂ ਇੰਗਲੈਂਡ ਸੀਦਾ ਪਰ ਆਏ ਮੱਥਾ ਟੇਕ ਕੇ ਬਾਬਾ ਜੀ ਨੂੰ ਮਿਲ ਕੇ ਆਏ ਲੜੀ ਸਮਾਪਤੀ ਹੋਈ ਆ ਭਾਈ ਹਾਂ ਅੱਜ ਬਾਬੇ ਮਹੱਤ ਨੇ ਖੁੱਲ ਜਾਣੇ ਕਹਿੰਦੇ ਹੈ ਕੱਲ ਨੂੰ ਅੱਜ ਖੁੱਲ ਗਈ ਅੱਜ ਰੱਖਣ ਲੱਗੇ ਖੰਡ ਪੜ ਤੇ ਹਾਂ ਘਟੂਗਾ ਬੀਜਣਾ ਹੈ ਘਟੂਗਾ ਘਟਣਾ ਲਓ ਜੀ ਹਾਫ ਟਾਈਮ ਹੋ ਗਿਆ ਰੋਟੀ ਦਾ ਰੋਟੀ ਚੱਲ ਰਹੀ ਹਾਜ਼ਰੀ ਗੰਨਾ ਬਹੁਤ ਟੌਪ ਦਾ ਗੰਨਾ ਲੱਗਦਾ ਗੰਨਾ ਲੱਗਦਾ ਮਿੱਠਾ ਵੀ ਲੱਗਦਾ ਵੀ ਗੰਨਾ ਬੀਜ ਰਹੇ ਆ ਦੂਜਾ ਗੰਨਾ ਤਾਂ ਹੋਰ ਤਰ੍ਹਾਂ ਬਾਜ਼ਾਰ ਤੇ ਬਹੁਤ ਹੋਣੇ ਘੱਟ ਗਿਰਨੇ ਦੇ ਗੰਨੇ ਦੇ ਹਨਾ ਗੰਨਾ ਸਾਫ ਪੈਣ ਵਾਲਾ ਦੇਖਿਆ ਨਾ ਰੰਗ ਕਿਸੇ ਗੰਨੇ ਦਾ ਰੂਟਾ ਬੀਟਰੇ ਮਾਰਦੇ ਮੈਂ ਕਹਿੰਦਾ ਹਨਾ ਰੂਟਾ ਬੀਟਰੇ ਮਾਰ ਦੇਣਾ ਕਾਕੇ ਗਿੱਲ ਬਸੇਰੀ ਆ ਹੁਣ ਸੁਆਗਾ ਸਿੰਪਲ ਮਾਰ ਸੁਆਗਾ ਉਹ ਕਹਿੰਦਾ ਡਲਾ ਕਿੱਥੇ ਰਹਿਣਾ ਦੇਖਦਾ ਡਲਾ ਹੁਣ ਉਹ ਡਲਾ ਦਾ ਜਿਹੜਾ ਭੁਲੇਖਾ ਡਲਾ ਦਾ ਸੁਆਗਾ ਐ ਕਰ ਸੁਆਗਾ ਪਾ ਕੇ ਇੱਕ ਗੜਾ ਦੇ ਕੇ ਖਾ ਲਓ ਇਹਨੂੰ ਅਜੇ ਤਾਂ ਪਤਾ ਨਹੀਂ ਆ ਦੂਰਾ ਮਾਰਿਆ ਵਾ ਇੱਧਰ ਮੈਂ ਦੂਰਾ ਮਾਰ ਦੂੰਗਾ ਹਾਂ ਦੂਰਾ ਸੁਆਗਾ ਹੀ ਮਾਰ ਦੇ ਤੂੰ ਛੇੜਨੇ ਵਾਲੇ ਨੂੰ ਤੇਲ ਫੁੱਕਣਾ ਫੁੱਕੀ ਆ ਇਵੇਂ ਡੂਟਾ ਬੀਟਰ ਨੇ ਬਹੁਤ ਟਾਈਮ ਖਾਣਾ ਯਾਰ ਡੂਟਾ ਬੀਟਰ ਨੇ ਤੇਲ ਰੋਣੇ ਨਹੀਂ ਐ ਇਹਨੂੰ ਸੁਆਗਾ ਮਾਰਿਆ ਅੱਗੇ ਹੁਣ ਓਏ ਇਹ ਡਲਾ ਤਾਂ ਨੂੰ ਦੇਖਦਾ ਡਲਾ ਹੋੜੀ ਯਾਰ ਇਹ ਲੈ ਇਹਦਾ ਹੱਥ ਮਾਰ ਤੇ ਬੰਨ ਨਾ ਡਲਾ ਯਾਰ ਜੇ ਇਹ ਕੱਲ ਨੂੰ ਬੀਜ ਹੋ ਜਾਣਾ ਇਹਨੇ ਕੱਲ ਨੂੰ ਵੀ ਛੱਡ ਦੇ ਸੁਆਗਾ ਨਾ ਮਾਰੀ ਪਰਸੋਂ ਨਾ ਮਾਰੀ ਚੌਥੇ ਨੂੰ ਸੁਆਗਾ ਮਾਰੀ ਇਹਦਾ ਸਾਰੇ ਪਰੇ ਹੈ ਇੰਨੇ ਮੈਂ ਦੇਖੀ ਤੂੰ ਇਹਨੇ ਭੁਰਦੇ ਨੇ ਜਾਣਾ ਪਰ ਮੈਂ ਤਾਂ ਲੋੜ ਹੀ ਨਹੀਂ ਆ ਇਹਦਾ ਮਿੱਟੀ ਪਿੱਛੇ ਪੈ ਗਈ ਸਤਰੀ ਗੱਲ ਹੈ ਮਾੜੀ
ਮੇਰਾ ਚੌਥੇ ਪੰਜ ਮੈਨੂੰ ਮਾਰਨਾ ਸੁਹਾਗਾ ਉਹ ਦੂਰਾ ਮਾਰਨੀ ਸਾਰੇ ਪਰੇ ਫਿਰ ਠੀਕ ਹੈ ਗੱਲ ਆਪਣੇ ਬੰਦੇ ਨੂੰ ਬੀਜ ਦਿੰਦੇ ਆ ਇਹ ਕੌਣ ਦਿੱਲੀ ਦਾ ਜੀ ਦਿੱਲੀਆਂ ਬੀਜ ਇਹ ਦਿੱਲੀਆਂ ਦਾ ਬੀਜ ਹੈ ਠੀਕ ਨੀ ਹੈਗਾ ਤਿੰਨੇ ਹੁਣ ਠੀਕ ਨੀ ਹੈਗਾ ਸੁੰਡੀ ਨੂੰ ਕੀੜਾ ਪੈਣ ਲੱਗੇ ਵਿੱਚ ਕੀੜਾ ਏਡਾ ਹੁੰਦੀ ਸੀ ਸੁੰਡੀ ਫਿਰ ਉਹ ਕੀੜ ਬਿਮਾਰੀ ਪੈ ਗਈ ਇਹਨੂੰ ਫਿਰ ਜਿਹੜਾ 38 ਨੂੰ ਪਈ ਆ ਉਹਦੇ ਬਾਅਦ ਇਹਨੇ ਸੋਧ ਕੇ ਫਿਰ ਬੀਜ ਕੱਢਿਆ ਤਾ ਉਹ ਫਿਰ ਉਹ ਗੱਲ ਨੀ ਬਣੀ ਹੈਗੀ ਜਿਹੜੀ ਪਹਿਲਾਂ ਦੁੱਧ ਚ ਗੱਲ ਹੋਊਗਾ ਤਾਂ ਹੈਗਾ ਹੁਣ ਵੀ ਹੋਊ ਕਿਸੇ ਨੇ ਕਿਤੇ ਨਾ ਕਿਤੇ ਅਗੇਤੀ ਵੈਰਾਈਟੀ ਚ ਹੁੰਦਾ ਤਾਂ ਚੌਂਟ ਹਾਂ ਅਗੇਤੀ 85 ਦਾ ਬਾਅਦ ਮਾਇਆ ਉਤੇ ਪਹਿਲਾਂ ਚੌਂਟੇ ਤਾਂ ਸਾਰੇ ਚੌਂਟ ਤਾਂ ਦਿੱਲੀ ਪਿੱਜਣ ਤਾਂ ਲੱਗੇ ਕਿੰਨਾ ਤੁਸੀਂ ਜਾਂ ਅਰੇ ਕਿੱਥੇ ਕਹਿੰਦਾ ਸਾਹਿਬ ਘਰ ਦਾ ਵੇਜ ਹਾਂ ਕਹਿੰਦੇ ਪਾਸੇ ਨੋਂ ਉਹਨਾਂ ਨੂੰ ਚੱਲਣ ਹੁਣ ਸਾਰਾ ਨਿਬੜ ਲੈਣ ਦੇ ਹੁਣ ਮੈਂ ਕਿਹਾ ਸਪੀਡ ਤੋਂ ਕਿਲਾ ਖਾਂਡ ਹੋਰ ਬਾਕੀ ਚੌਂਤੇ ਰਹਿ ਜਾਊਗਾ ਕਿਤੇ ਉਰੇ ਪਿੱਜਣਾ ਹੈ ਮੋਟਰ ਕੋਲ ਬੀਜਣਾ ਕੀ ਲੱਗੇ ਕਿਹੜਾ 95 ਦਾ 94 ਦਾ ਅੱਛਾ ਫਿਰ ਬਜਾ ਲੈ ਸੱਤ ਬਾਅਦ ਫਿਰਤੀ ਦੇ ਵਿੱਚ ਨੰਬਰ ਥੋੜਾ ਲੱਗਣਾ ਕਿਹਦਾ ਫਿਰਤੀ ਦਾ ਫਿਰਤੀ ਦਾ ਮੈਂ ਘਰ ਤੋਂ ਰਹਿ ਲੈ ਕਿੰਨਾ ਟਾਈਮ ਲੱਗਣਾ ਹੋਰ ਕਿਆ ਗੱਲ ਲੱਗ ਗਈ ਨਿਕਲ ਜੂਗਾ ਵਧੀਆ ਖੇਤਾਂ ਪੱਤੇ ਹੋਣਾ ਇਹ ਬਾਅਦ ਬਾਹਰ ਰਹਿਣਾ ਪਾਉਣਾ ਇੱਕ ਵਾਰੀ ਬਸ ਉਹ ਬੀਜਣਾ ਹੋਣਾ ਪਰਲਾ ਦੇਣਾ ਜੇ ਜਮੀ ਵਾਲਾ ਤਾ ਮੋਟਰ ਦੀ ਪਰਲੇ ਵਾਲਾ ਪਾ ਲਿਆ ਉਹ ਜੀ ਤਾਈ ਪੈਸੇ ਕਿੰਨੀ ਉਰਲੇ ਮੈਂ ਮੱਕੀ ਬੀਤੀ ਹੈ ਵਧੀਆ ਕਰੇ ਵੀ ਗਿਆ ਵਿਚਾਰਾ ਇਹ ਮਿਲ ਮਿਲ ਰਹਿੰਦਾ ਰੋਜ਼ ਗਏ ਰੋਜ਼ ਰਹਿੰਦਾ ਜੀ ਖਾਦੀ ਕਾ ਵਾਓ ਮੇਰੇ ਜੋ ਵਾਓ ਪੰਗਾ ਕਮ ਥੋੜੇ ਇੱਕ ਚੱਲ ਭਾਈ ਕਹਿੰਦਾ ਆ ਗਿਆ ਕੱਲ ਆਇਆ ਤਾਂ ਕਿਹੜਾ ਡੀਸੀ ਵੀ ਕਿਹੜਾ ਡੀਸੀ ਨਹੀਂ ਮੈਂ ਦਿੱਲੀ ਦਾ ਦਿੱਲੀ ਕਹਿੰਦਾ ਹਾਂ ਦਿੱਲੀ 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 ਮੇਰੇ ਤੂੰ ਕਿਹਾ ਸੱਤੇ ਕੋਲ ਡੈਡੀ ਦਿੱਲੀ ਦਾ ਪਰਨਾ ਮਸ਼ਹੂਰ ਆ ਦਿੱਲੀ ਖੜਾ ਕਹਿੰਦਾ ਦਿੱਲੀ ਮੈਂ ਕੰਮ ਕਿਹਾ ਥੋੜਾ ਰੱਬ ਤੇ ਕਹਾਂ ਮੈਂ ਕਹਾਂ ਬੰਦਾ ਕੋਈ ਨਾ ਕੋਈ ਮਿਲੇ ਜਾਣਾ ਫਿਰ ਮੈਨੂੰ ਕਿਹੜਾ ਦੇ ਦੋ ਕੋਈ ਨਾ ਕੋਈ ਟੱਕਰ ਜਾਣਾ ਬਸ ਹੈ ਕਿ ਨਹੀਂ 5-7 ਮਿਲ ਲੈਣੇ ਹਸਵੀ ਕਹਿੰਦਾ ਵੀ ਨਹੀਂ ਕਹਿੰਦਾ ਵੀ ਜ਼ਿਆਦਾ ਭਰੀ ਆ ਪਾ ਦੇ ਜਾਦੇ ਪਾਉਣੀ ਆ ਜਾਦੇ ਮਰਜ਼ੀ ਪਾ ਦੇ ਚਾਹੇ ਪੀਣੀ ਆ ਚਾਹੇ ਉਜਲਿਆਂ ਪਲਾ ਦੇ ਠੰਡੀ ਆ ਦਲੀਪ ਰਾਈ ਦਾ ਆਪਣੀ ਚਾਹ ਲਿਆ ਏ ਫਿਰ ਮਾੜਾ ਮੋਟਾ ਨਾਲ ਚਾਹੀਦਾ ਵੀ ਹੈ ਕੀ ਚਾਹੀਦਾ ਨਾਲ ਪੈਗ ਸ਼ੈਗ ਹੁਣ ਇੰਨਾ ਕੰਮ ਥਕਾਵਟ ਵੀ ਲਾਉਣੀ ਆਏ ਤਾਂ ਫਿਰ ਮੁਰਗਾ ਵੀ ਉੱਥੇ ਬਾਂਗਾ ਦਿੰਦਾ ਤਾ ਸੁੱਕੀ ਥੋੜਾ ਪੀ ਹੋਣੀ ਸੀ ਠੀਕ ਨਹੀਂ ਗੱਲ ਮੱਛੀ ਖਾਂਦੇ ਇਹ ਦੂਆ ਜਿਹੜਾ ਨੀਂਬੂ ਨਾਲ ਨਹੀਂ ਲਾਉਂਦਾ ਹੁੰਦਾ ਕਿਹੜਾ ਸ਼ਾਟ ਹੁੰਦਾ ਉਹ ਟੁੱਟਦਾ ਠੀਕ
ਸਿਆਣੇ ਹੋ ਗਏ ਠੇਕੇਦਾਰ ਵੀ ਹੁਣ ਚੜਦੇ ਨੀ ਗਾਹ ਅੰਗਰੇਜ਼ੀ ਵੀ ਦੇ ਦੇ ਵਧੀਆ ਪੰਜਾਬ ਵੀ ਸਾਰਿਆਂ ਦੂਈ ਚੱਕ ਕੇ ਲਿਆਉਂਦੇ ਹੁੰਦੇ ਸੋਫੀਆ ਬੁਲੰਦ ਭਾਈ ਲੇਖਾ ਮੋਟਾ ਹੋ ਜਾਏਗਾ ਦਾਰੂ ਪੀ ਕੇ ਮੋਟਾ ਦਾਰੂ ਥੋੜੀ ਹੈ ਦਾਰੂ ਨਹੀਂ ਹੈ ਉਹ ਤਾਂ ਪੇੜ ਕਾ ਉਹ ਹੈ ਫਲ ਉਹ ਪੇੜ ਨਹੀਂ ਹੈ ਸਾਹਮਣੇ ਨਸ਼ਾ ਹੈਗਾ ਹੈ ਹਾਂ ਉਸ ਵਿੱਚ ਥੋੜਾ ਨਸ਼ਾ ਹੈ ਬੀਅਰ ਲਿਖਾ ਅੱਛਾ ਨਸ਼ਾ ਹੈਗਾ ਉਹਦੇ ਮਾਂ ਬੀਅਰ ਲਿਖਾ ਹੈ ਇੱਥੇ ਵੀ ਮਿਲਦਾ ਹੈ ਨਾ ਚੱਕ ਮੇ ਪਹਿਲੇ ਅੱਛਾ ਚੱਕ ਮੇ ਵੀ ਮਿਲਦਾ ਥਾ ਪਹਿਲੇ ਹਾਂ ਕਰਦਾ ਥਾ ਉਹ ਮੇਰੇ ਉੱਧਰ ਜਾਇਆ ਉਹ ਪੇੜ ਨਹੀਂ ਸਰ ਪੱਛੀਆਂ ਦੱਬ ਕੇ ਜਾਇਓ ਉਸੇ ਕਾ ਹੈ ਕਿਹੜੀਆਂ ਖੁੰਜੇ ਵਾਲੀਆਂ ਰੇ ਲਿਆ ਚੱਕ ਖੁੰਜੇ ਵਾਲੇ ਪਿੱਛੇ ਦੱਬੋ ਜੋ ਥੋੜੇ ਮਿਲ ਗਈ ਬਿਹਾਰ ਤੋਂ ਕੱਲੂ ਯਾਰ ਕਾਲੇ ਇਕੱਠਾ ਹੀ ਇਕੱਠਾ ਛੜਦੀ ਰੇ ਕੱਲੂ ਖੰਡ ਪਾਠ ਰੱਖਣਾ ਹੈ ਖੰਡ ਪਾਠ ਸਾਹਿਬ ਤੇਰਾ ਹੁਣ ਦਲੀਪ ਮੇਰੀ ਗੱਲ ਸੁਣ ਲਾ ਕਿੰਨਾ ਘੰਟੇ ਜਾਊਂਗੇ ਹੁਣ ਨਹੀਂ ਜਾਂਦੇ ਜਾਂਦੇ ਨੀ ਜਿਹੜਾ ਕੰਮ ਦਿਖਦਾ ਮੈਨੂੰ ਥੋੜਾ ਨਹੀਂ ਗਾਣਾ ਕਾਰ ਤੇ ਫਿਰ ਅੱਜ ਹੀ ਦੇਖਿਆ ਹੈ ਜਿਹੜਾ ਕਿਉਂਕਿ ਸ਼ਾਦਰ ਨਹੀਂ ਵਰਦਾ ਨਾ ਪ੍ਰੀਤੀ ਉਹ ਰਾਤ ਨੂੰ ਪੀਣੀ ਜਿਹੜੀ ਜਾਂਦੀ ਹੈ ਉਹ ਤਾਂ ਰਾਤੇ ਮੈਂ ਚੱਲੇਗਾ ਦਿਨ ਉਹ ਤਾਂ ਇਹ ਗੇੜਾ ਬਚਾਇਆ ਆਪਣਾ ਕਿਹੜਾ ਜਾਊਗਾ ਦੁਆਰੇ ਹਾਂ ਫੇਰ ਤੇ ਤਾਂ ਪੈਟਰੋਲ ਜਾਣ ਲਾ ਤਾਂ ਉੱਥੇ ਨੂੰ ਕੋਲੇ ਆ ਉੱਥੇ ਲੇਟ ਲੱਗ ਜਾਏਗਾ ਹੈ ਲੇਟ ਹੋ ਜਾਏਗਾ ਹਾਂ ਕਰਦੇ ਕਰਦੇ ਤਾਂ ਲੱਗ ਜਾਣਾ ਠੀਕ ਹੈ ਲੱਦੂਗੇ ਇਹਨੂੰ ਵੀ ਹਾਂ ਹਾਂ ਦੇਖਦੇ ਹਾਂ ਨਾ ਜਾ ਉਹ ਹੁਣ ਕੀ ਲੱਦੂਗੇ ਦੇਖਦੇ ਹਾਂ ਵਹਾਂ ਜਾ ਤੇ ਅਗਰ ਹੋ ਗਿਆ ਤਾਂ ਟਾਈਮ ਸ਼ੀਟ ਤੇ ਲੋਡ ਕਰ ਦੇਣਗੇ ਓਵਰ ਟਾਈਮ ਸਵਾਗਾ ਸੁਗਾ ਮਾਰ ਕੇ ਤਿਆਰ ਕਰ ਲੈਂਦੇ ਅਸੀਂ ਚਾਹ ਪੀ ਲੈ ਬਾਬਾ ਤੂੰ ਪਹਿਲਾਂ ਡਾ ਡੋਲੀ ਜਾਂਦਾ ਸਾਨੂੰ ਲਿਆ ਲਿਆ ਉੱਥੇ ਇੱਧਰ ਆ ਚਲੇ ਗਿਆ ਇੱਕ ਨਹੀਂ ਚੱਕ ਕੇ
ਚੱਕ ਕੇ ਝੋਲਾ ਪਾ ਕੇ ਕੱਛ ਮਾਈ ਲਾ ਹੱਗਾ ਚ ਕਿਹੜਾ ਨਾਨਕਿਆਂ ਨੂੰ ਚੱਲਿਆ ਹੁੰਦਾ ਨਾ ਕੋਲ ਦਾਤ ਨਾ ਕੁਛ ਉੱਕ ਗੱਲਾਂ ਛੱਲਣ ਲੱਗਿਆ ਪਤਾ ਵਿਚਾਰਾ ਆ ਚੱਲ ਗਿਆ ਜਿਹੜਾ ਆ ਫਿਰ ਦੋ ਭਰੀਆਂ ਮਿੰਟ ਮੈਂ ਕਹਿੰਦਾ ਦੱਸ ਨੀ ਲਾਏ ਦੋ ਭਰੀਆਂ ਨੂੰ ਮਾਰੀਆਂ ਫੇੜ ਕੇ ਜਦੇ ਬਹੁਤ ਤੇਜ਼ ਹੱਥ ਚੱਲਦਾ ਸਰਦਾਰ ਜੀ ਬੀਜ ਵਾਲਾ ਗੰਨਾ ਥਾ ਤਬ ਇਤਨਾ ਧੀਰੇ ਧੀਰੇ ਚਿਲਾ ਹਾਂ ਦੂਸਰਾ ਗੰਨਾ ਚਿਲਾ ਫਿਰ ਤਾਂ ਦੇਖਤੇ ਦੇਖਤੇ ਇੱਕ ਪਰਿਆ ਬੰਨ ਦਿੱਤਾ ਹੋਰ ਬਹੁਤ ਤੇਜ਼ ਬਹੁਤ ਗੱਲੀ ਪਰ ਜੀ ਛਿਲ ਦੂਗਾ ਓਏ ਇੱਕ ਨਹੀਂ ਹੈ ਉਹ ਬੰਦਾ ਤੇਜ਼ ਹੈ ਯਾਰ ਉਹ ਇਹਨਾਂ ਨੂੰ ਵੀ ਇਹਦਾ ਜੇ ਕਹਿੰਦਾ ਕੰਮ ਨਹੀਂ ਕਰੂੰਗਾ ਕਿਆ ਦਿਹਾੜੀ ਬਣਨੀ ਹੈ ਕਹਿੰਦਾ ਬੰਦਾ ਤੇਜ਼ ਹੈ ਕਿੰਨੀਆਂ ਭਰੀਆਂ ਕਰਦਾ ਇੱਕ ਬੰਦਾ ਦਿਹਾੜੀ ਚ ਕਿੰਨੀ ਭਰੀ ਕਰ ਦੂਗਾ ਵੱਢ ਕੇ ਵੱਢੇ ਵਾ ਹੋਵੇ ਤਿੰਨ ਬੰਦਾ ਪਰਚੀ ਲਾ ਦੂ ਗੰਨਾ ਵੀ ਸਹੀ ਹੋਵੇ ਗੰਨਾ ਵੀ ਸਹੀ ਹੋਣਾ ਚਾਹੀਦਾ ਗੰਨਾ ਦੇ ਉੱਪਰ ਵੀ ਹੈ ਕਿਤੇ ਬੂਟੇ ਵਾਲਾ ਗੰਨਾ ਹੋਵੇ ਨਬੇੜੋ ਨਬੇੜੋ ਯਾਰ।